ਅੱਜ ਅਸੀਂ ਇਤਿਹਾਸ ਦੀ ਉਸ ਘਟਨਾ ਦਾ ਜ਼ਿਕਰ ਕਰਨ ਜਾ ਰਹੇ ਹਾਂ ਜਿਸ ਘਟਨਾ ਨੂੰ ਅੱਜ ਦੇ ਜਮਾਨੇ ਵਿੱਚ ਲੋਕਾਂ ਵੱਲੋਂ ਮਜ਼ਾਕ ਬਣਾਇਆ ਹੋਇਆ ਹੈ ਇਸ ਦੀ ਜਾਣਕਾਰੀ ਮੈਨੂੰ ਵੀ ਨਹੀਂ ਸੀ ਹੁਣ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਇਸ ਇਤਿਹਾਸ ਨੂੰ ਤੁਹਾਡੇ ਤੱਕ ਪਹੁੰਚਾਉਣਾ ਆਪਣਾ ਫਰਜ਼ ਸਮਝਿਆ ਅਕਸਰ ਅਸੀਂ ਮਜ਼ਾਕ ਮਜ਼ਾਕ ਵਿੱਚ ਕਿਸੇ ਦੀ ਬੇਇੱਜ਼ਤੀ ਕਰਨ ਲੱਗਿਆ ਕਹਿ ਦਿੰਦੇ ਹਾਂ ਐਰਾ ਗੈਰਾ ਨਥੂ ਖੈਰਾ ਇਸ ਗੱਲ ਦੇ ਪਿੱਛੇ ਕੀ ਇਤਿਹਾਸ ਹੈ ਇਸ ਦੀ ਜਾਣਕਾਰੀ ਅੱਜ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਲੋਕਾਂ ਨੂੰ ਵੀ ਇਸ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਸਿੱਖ ਯੋਧਿਆਂ ਦੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਸੀ ਮੱッセ ਰੰਗੜ ਦਾ ਸਿਰ ਕਲਮ ਕਰਨ ਤੋਂ ਬਾਅਦ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੂੰ ਜ਼ਕਰੀਆ ਖਾਨ ਦੀ ਫੌਜ ਵੱਲੋਂ ਲੱਭਿਆ ਜਾ ਰਿਹਾ ਸੀ ਤਾਂ ਮਹਿਤਾਬ ਸਿੰਘ ਜੰਗਲ ਵਿੱਚ ਜਾਣ ਤੋਂ ਪਹਿਲਾਂ ਆਪਣੇ 6 ਸਾਲ ਦੇ ਪੁੱਤਰ ਰਾਏ ਸਿੰਘ ਨੂੰ ਮੀਰਾਕੋਟ ਚੋਦਰੀ ਨੱਥੇ ਕੋਲ ਛੱਡ ਗਿਆ ਤੇ ਨੱਥੇ ਚੋਦਰੀ ਨੇ ਮਹਿਤਾਬ ਸਿੰਘ ਨੂੰ ਵਚਨ ਦਿੱਤਾ ਕਿ ਉਹ ਉਸਦੇ ਪੁੱਤਰ ਦੀ ਆਖਰੀ ਸਾਹਾਂ ਤੱਕ ਹਿਫਾਜ਼ਤ ਕਰੇਗਾ ਕਿਸੇ ਨੇ ਜ਼ਕਰੀਆ ਖਾਨ ਨੂੰ ਸੂਹ ਦੇ ਦਿੱਤੀ ਕਿ ਮਹਿਤਾਬ ਸਿੰਘ ਦਾ ਪੁੱਤਰ ਰਾਏ ਸਿੰਘ ਨੱਥੇ ਚੌਧਰੀ ਦੇ ਘਰ ਹੈ ਮੁਗਲ ਫੌਜ ਨੱਥਾ ਸਿੰਘ ਦੇ ਘਰ ਪੁੱਜ ਗਈ ਫੌਜ ਨੇ ਆ ਕੇ ਨੱਥੇ ਨੂੰ ਕਿਹਾ ਕਿ ਰਾਏ ਸਿੰਘ ਨੂੰ ਉਹਨਾਂ ਦੇ ਹਵਾਲੇ ਕਰ ਦੇ ਤੈਨੂੰ ਕੁਝ ਨਹੀਂ ਕਹਿੰਦੇ ਨੱਥਾ ਚੌਧਰੀ ਨੇ ਰਾਏ ਸਿੰਘ ਨੂੰ ਮੁਗਲ ਫੌਜਾਂ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਰਾਏ ਸਿੰਘ ਨੂੰ ਆਪਣੇ ਨਾਲ ਲੈ ਕੇ ਆਪਣੇ ਪੁੱਤਰ ਭਾਣਜਾ ਤੇ ਇੱਕ ਉਸਦਾ ਨੌਕਰ ਇਹਨਾਂ ਚਾਰਾਂ ਨੇ ਰਲ ਕੇ ਮੁਗਲ ਫੌਜ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ। ਨਥੇ ਨੂੰ ਤੀਰ ਅੰਦਾਜ਼ੀ ਵਿੱਚ ਬਹੁਤ ਮਹਾਰਤ حاصل ਸੀ। ਉਸਦੇ ਤੀਰਾਂ ਅੱਗੇ ਫੌਜ ਟੇਕ ਨਹੀਂ ਸੀ ਸਕਦੀ। ਪਰ ਮਾੜੀ ਕਿਸਮਤ ਲੜਦਿਆਂ ਲੜਦਿਆਂ ਨਥੇ ਚੌਧਰੀ ਦੇ ਤੀਰ ਕਮਾਨ ਦੀ ਤੰਦ ਟੁੱਟ ਗਈ ਤੇ ਫੌਜ ਨੇ ਧਾਵਾ ਬੋਲ ਕੇ ਨਥੇ ਚੌਧਰੀ ਨੂੰ ਸ਼ਹੀਦ ਕਰ ਦਿੱਤਾ। ਲੜਾਈ ਵਿੱਚ ਨਥੇ ਦਾ ਪੁੱਤ ਭਾਣਜਾ ਤੇ ਨੌਕਰ ਵੀ ਸ਼ਹੀਦ ਹੋ ਗਏ। ਰਾਏ ਸਿੰਘ ਦੀ ਗਰਦਨ ਤੇ ਵਾਰ ਕੀਤਾ ਗਿਆ। ਸਿਪਾਹੀ ਉਸ ਨੂੰ ਮਰਿਆ ਸਮਝ ਕੇ ਉਥੋਂ ਚਲੇ ਗਏ ਪਰ ਬਾਅਦ ਵਿੱਚ ਰਾਏ ਸਿੰਘ ਬਚ ਗਿਆ ਉਸ ਸਮੇਂ ਕਹਾਵਤ ਬਣੀ ਸੀ ਕਿ ਐਰਾ ਗੈਰਾ ਨਹੀਂ ਨੱਥੂ ਖੈਰਾ ਇਸ ਦਾ ਮਤਲਬ ਹੈ ਨੱਥੂ ਖੈਰਾ ਕੋਈ ਆਮ ਇਨਸਾਨ ਨਹੀਂ ਹੈ ਪਾਬ ਕਿ ਹਰ ਕੋਈ ਨੱਥੂ ਖੈਰਾ ਨਹੀਂ ਬਣ ਸਕਦਾ ਜਿਹੜਾ ਆਪਣੇ ਪੱਗ ਬਟਪਰਾ ਦੇ ਪੁੱਤ ਦੀ ਹਿਫਾਜ਼ਤ ਕਰਨ ਲਈ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਾ ਗਿਆ ਪਰ ਸਾਡੇ ਵਿਰੋਧੀਆਂ ਨੇ ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਨੱਥੂ ਖਹਿਰਾ ਕੋਈ ਬੁੱਕਤ ਹੀ ਨਾ ਰੱਖਦਾ ਹੋਵੇ ਤੇ ਰੈਂਦੀ ਕਸਰ ਸਾਡੇ ਹੱਦੁੱਕੀ ਦੇ ਸਿਆਸਤਦਾਨਾਂ ਨੇ ਕੱਢ ਦਿੱਤੀ ਜਿਹੜੇ ਹਰ ਗੱਲ 'ਚ ਐਰਾ ਗੈਰਾ ਨੱਥੂ ਖਹਿਰਾ ਸ਼ਬਦ ਬੱਤ ਕੇ ਹਰ ਗੱਲ ਕਰਨ ਲੱਗ ਪਏ ਹਨ ਭਾਵੇਂ ਜਿਹੜਾ ਕੰਮ ਅਸੀਂ ਕਰ ਸਕਦੇ ਹਾਂ ਉਹ ਕੋਈ ਨਹੀਂ ਕਰ ਸਕਦਾ ਇਹਨਾਂ ਨੂੰ ਜੇਕਰ ਪੁੱਛੀਏ ਤੁਸੀਂ ਤਾਂ ਉਹਨਾਂ ਦੀ ਜੁੱਤੀ ਦੇ ਬਰਾਬਰ ਵੀ ਨਹੀਂ ਆਓ ਅਸੀਂ ਸਾਰੇ ਰਲ ਕੇ ਇਸ ਗਲਤ ਕਹਾਵਤ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਤੇ ਉਸ ਮਹਾਨ ਸ਼ਹੀਦ ਨੂੰ ਬਣਦਾ ਮਾਣ ਸਨਮਾਨ ਦਿਵਾਈਏ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗ ਸਕੇ ਕਿ ਕੌਣ ਸੀ ਨੱਥਾ ਚੌਧਰੀ ਤੇ ਹਰ ਕੋਈ ਐਰਾ-ਗਿਰਾ ਨੱਥਾ ਖਹਿਰਾ ਨਹੀਂ ਬਣ ਸਕਦਾ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀ ਹੀ ਸਿੱਖ ਇਤਿਹਾਸ ਦੀ ਜਾਣਕਾਰੀ ਵਾਸਤੇ ਸਾਡੀ ਸਾਈਟ punjabivechar.com ਤੇ ਜ਼ਰੂਰ ਵਿਜ਼ਿਟ ਕਰੋ